2021-22 ਲਈ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਵੱਲੋਂ ਬਜਟ ਪੇਸ਼ ਕਰ ਦਿੱਤਾ ਗਿਆ ਹੈ ਬਜਟ ਦੇ ਵਿੱਚ ਖੇਤੀ ਨੂੰ ਲੈ ਕੇ ਕਿਹੋ ਜੀਆਂ ਤਸਵੀਜ਼ਾਂ ਰੱਖੀਆਂ ਗਿਆ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਿਸਾਨਾਂ ਨੂੰ ਕੀ ਇਸ ਬਜਟ ਤੋਂ ਲਾਭ ਹੋਵੇਗਾ ਕੀ ਨੁਕਸਾਨ ਹੋਵੇਗਾ ਇਸ ਲਈ ਸਾਡੇ ਨਾਲ ਸੁਪਾਲ ਸਿੰਘ ਜੀ ਨੇ ਪ੍ਰਿੰਸੀਪਲ ਅਰ ਸ਼ਾਸਤਰੀ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਨੇ ਅਤੇ ਮਾਹਰ ਹੈਗੇ ਨੇ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਤਾਂ ਸਵਾਲ ਮੇਰਾ ਹੀ ਹੈ ਕਿ ਅੱਜ ਜਿਹੜੀ ਬਜਟ ਦੇ ਵਿੱਚ ਤਜ਼ਵੀਜ਼ਾਂ ਰੱਖੀ ਗਈਆਂ ਖੇਤੀਬਾੜੀ ਨੂੰ ਲੈ ਕੇ ਲੱਗਦਾ ਹੈ ਕਿ ਕਿਸਾਨਾਂ ਲਈ ਕੁਝ ਕੁਝ ਨਾ ਕੁਝ ਲਾਹਾ ਹੋਊਗਾ ਉਹਦੇ ਨਾਲ ਕੋਈ ਫਾਇਦਾ ਹੋਊਗਾ ਦੇਖੋ ਬਹੁਤ ਸਾਰੀਆਂ ਉਮੀਦਾਂ ਸੀਗੀਆਂ ਬਜਟ ਤੋਂ ਹਮੇਸ਼ਾ ਹੀ ਲੋਕਾਂ ਨੂੰ ਉਮੀਦਾਂ ਹੁੰਦੀਆਂ ਨੇ ਪਰ ਇਸ ਸਾਲ ਦੇ ਵਿੱਚ ਬਹੁਤ ਵੱਡੀਆਂ ਉਮੀਦਾਂ ਸੀਗੀਆਂ ਸਾਨੂੰ ਕਿ ਕਿਉਂਕਿ ਕੇਂਦਰ ਸਰਕਾਰ ਨੇ ਕਿਹਾ ਸੀ ਜਦੋਂ ਉਹ 2014 ਦੇ ਵਿੱਚ ਜਦੋਂ ਪਾਵਰ ਦੇ ਵਿੱਚ ਆਈ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਾਂਗੇ ਤਾਂ ਡਬਲ ਫਾਰਮਿੰਗ ਇੰਕਮ ਦਾ ਉਹ ਨਾਰਾ ਲੈ ਕੇ ਆਏ ਸੀਗੇ ਤਾਂ ਅੱਜ ਜੋ ਉਹਨਾਂ ਨੂੰ ਲਗਭਗ 7 ਸਾਲ ਹੋਣ ਵਾਲੇ ਨੇ 10 ਸਾਲਾਂ ਦੇ ਵਿੱਚ ਉਹਨਾਂ ਨੇ ਦੁੱਗਣਾ ਕਰਨਾ ਸੀ ਤੇ ਸਾਨੂੰ ਲੱਗਦਾ ਕਿ ਇਹ ਇਹ ਦੇ ਵਿੱਚ ਦੁੱਗਣਾ ਕਰਨ ਦੇ ਲਈ ਉਹ ਕੁਝ ਬਜਟ ਦੇ ਵਿੱਚ ਲੈ ਕੇ ਆਉਣਗੇ ਕਿਉਂਕਿ 222 ਤੱਕ ਦੁੱਗਣਾ ਕਰਨਾ ਸੀ ਤਾਂ ਇਸ ਬਜਟ ਦੇ ਵਿੱਚ ਉਹਨਾਂ ਨੇ ਇਹ ਅਨਾਉਂਸ ਕੀਤਾ ਕਿ ਅਸੀਂ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਦੇ ਉੱਤੇ ਡੇਢ ਟਾਈਮ ਅਸੀਂ ਦੇਵਾਂਗੇ ਸਾਰੀਆਂ ਕ੍ਰੌਪਸ ਦਾ ਤੇ ਇਹਦੀ ਪਬਲਿਕ ਪ੍ਰੋਕੂਰਮੈਂਟ ਵੀ ਕਰਾਂਗੇ ਤਾਂ ਇਹ ਦੇ ਵਿੱਚ ਇਹ ਹੈ ਕਿ ਕਾਸਟ ਆਫ ਜਿਹੜੀ ਪ੍ਰੋਡਕਸ਼ਨ ਹੈ ਉਹ ਤਕਨੀਕ ਕੀ ਇੱਕ ਨੁਕਤਾ ਹੈਗਾ ਕਿ ਉਹ ਕਾਸਟ ਆਫ ਪ੍ਰੋਡਕਸ਼ਨ ਕਿਨੂੰ ਮੰਨਦੇ ਆਂ ਸੀ ਕਾਸਟ ਆਫ ਪ੍ਰੋਡਕਸ਼ਨ ਮੰਨਣਾ ਚਾਹੀਦਾ ਹੈ ਫਾਈਨਲ ਕਾਸਟ ਨੂੰ ਜਦੋਂ ਸਾਰੀਆਂ ਕਾਸਟਾਂ ਗਿਣੀਆਂ ਜਾਣ ਪਰ ਆਮ ਤੌਰ ਤੇ ਇਹ ਕੀ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਕਿ ਸਾਰੀਆਂ ਕਾਸਟਾਂ ਨੂੰ ਨਹੀਂ ਮੰਨਿਆ ਗਿਆ ਜਿਹਨੂੰ ਅਸੀਂ ਸੀ2 ਕਹਿੰਦੇ ਆ ਉਸ ਤੋਂ ਪਹਿਲੀ ਕੁਝ ਕਾਸਟਾਂ ਛੱਡ ਕੇ A2 ਜਿਹੜੀਆਂ ਕਿਉਂਕਿ ਛੇ ਤਰ੍ਹਾਂ ਦੀਆਂ ਕਾਸਟਾਂ ਸੀ ਕਹਿੰਦੇ ਆ A1 A2 B1 B2 C1 C2 C2 ਲਾਸਟ ਹੁੰਦੀ ਹੈ ਇਹਨਾਂ ਨੇ ਦੂਜੀ ਜਿਹੜੀ A2 ਉਹਦੇ ਨਾਲ ਫੈਮਿਲੀ ਲੇਬਰ ਜੋੜ ਕੇ ਉਹਦੇ ਉੱਤੇ 50% ਦੇਣ ਦੀ ਗੱਲ ਕਰਦੇ ਆ ਜਿਹੜੀਆਂ ਕੌਂਸਟਾਂ ਨੇ ਜਿਹੜੀਆਂ ਉਹ ਬਹੁਤ ਅੰਡਰਐਸਟੀਮੇਟਡ ਨੇ ਤੇ ਉਹਦੇ ਉੱਤੇ ਜੇਕਰ ਅਸੀਂ 50% ਦੇ ਦਿਆਂਗੇ ਤਾਂ ਵੀ ਸਰਕਾਰ ਜਿਹੜੇ ਕਿਸਾਨ ਨੇ ਉਹਨਾਂ ਦਾ ਕੋਈ ਭਲਾ ਨਹੀਂ ਹੋਊਗਾ ਇਸ ਗੱਲ ਨਾਲ ਜਿਹੜਾ ਜਿਹੜਾ ਹੈਗਾ ਕਿਸਾਨਾਂ ਦੀ ਆਮਦਨ ਹੈ ਜਿਹੜੀ ਦੁੱਗਣੀ ਬਿਲਕੁਲ ਨਹੀਂ ਹੋ ਸਕਦੀ ਅੱਜ ਕਿਸਾਨ ਨੇ ਜਿਹੜੇ ਜਿਹਨੂੰ ਅਸੀਂ ਅੰਦਾਤਾ ਕਹਿੰਦੇ ਆ ਉਹ ਆਪਣਾ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ ਕਾਨੂੰਨਾਂ ਦੀ ਗੱਲ ਵੀ ਹੋਈ ਪਾਰਲੀਮੈਂਟ ਦੇ ਵਿੱਚ ਉਹਦੇ ਤੋਂ ਟਾਲਿਆ ਗਿਆ ਤੇ ਜੇਕਰ ਸਰਕਾਰ ਨੂੰ ਇਹ ਲੱਗਦਾ ਕਿ 1.5 ਸਾਲੇ ਪਿੱਛੇ ਪਾ ਦਿੱਤੇ ਜਾਣ ਤੈਨੋਂ ਲਈਏ ਕਿ ਸਰਕਾਰ ਨੇ ਤਾਂ ਐਗਰੀਕਲਚਰ ਦੇ ਵਿੱਚ ਕੁਝ ਲੈ ਕੇ ਆਉਣਾ ਸੀ ਡਬਲ ਫਾਰਮ ਇਨਕਮ ਕਰਨ ਕਰਕੇ ਤਾਂ ਉਹਦੇ ਵਾਸਤੇ ਕੁਝ ਵੀ ਨਹੀਂ ਲਿਖਿਆ ਅੱਜ ਕਿਸਾਨ ਕਰਜ਼ਾਈ ਨੇ ਕਰਜ਼ਾ ਕਿੰਨਾ ਹੈਗਾ ਜਿਹੜਾ ਫਲੋ ਆਫ ਕ੍ਰੈਡਿਟ ਦੀ ਗੱਲ ਕੀਤੀ ਹੈ ਪਹਿਲਾਂ ਖੜਾ ਜਿਹੜਾ ਕਰਜ਼ਾ ਹੈ ਉਹਦਾ ਕਿਵੇਂ ਸਮਾਧਾਨ ਕਰਨਾ ਹੈ ਉਹਨਾਂ ਤੇ ਕਿੰਨਾ ਜਿਹੜਾ ਵਿਆਜ ਬਣ ਜਾਂਦਾ ਛੋਟੇ ਕਿਸਾਨ ਨੇ ਜਿਹੜੇ ਰੇਟ ਆਫ ਰਿਸ ਵਾਪਸ ਨਹੀਂ ਕਰ ਸਕਦੇ ਤਾਂ ਇਹਨਾਂ ਵਾਸਤੇ ਕੀ ਕਰਨਾ ਚਾਹੀਦਾ ਫਾਰਮਰ ਖੁਦਕਸ਼ੀਆਂ ਕਰ ਰਹੇ ਨੇ ਉਹਦੇ ਵਾਸਤੇ ਕੀ ਕਰਨਾ ਹੈ ਉਹਦੇ ਵਾਸਤੇ ਕੋਈ ਬਜਟ ਨਹੀਂ ਹੈਗਾ ਤਾਂ ਜਿਵੇਂ ਹਰ ਰੋਜ਼ ਪੂਰੇ ਇੰਡੀਆ ਦੇ ਵਿੱਚ ਜਿਹੜਾ 2000 ਜਿਹੜਾ 400 ਬੰਦਾ ਜਿਹੜਾ ਕਿਸਾਨ ਹੈ ਉਹ ਖੁਦ ਖੇਤੀ ਤੋਂ ਬਾਹਰ ਹੋ ਜਾਂਦਾ ਹੈ ਤਾਂ ਇਹਨਾਂ ਇਹਨਾਂ ਦੀ ਰੀਹੈਬਿਲੀਟੇਸ਼ਨ ਕਿਵੇਂ ਕਰਨੀ ਹੈ ਇਹਦੇ ਉੱਤੇ ਕੁਝ ਨਹੀਂ ਕੀਤਾ ਗਿਆ ਇੱਕ ਇੱਕ ਐਸਪੀ ਦੀ ਗੱਲ ਕੀਤੀ ਗਈ ਸੀ ਕਿ ਐਮਐਸਪੀ ਜਿਹੜਾ ਦੋ ਫਸਲਾਂ ਦਾ ਹੀ ਰੱਖਿਆ ਗਿਆ ਉਸ ਦਾ ਦਾਇਰਾ ਜ਼ਰੂਰ ਵਧਾ ਦਿੱਤਾ ਗਿਆ ਪਰ ਉਹ ਉਸ ਦੇ ਵਿੱਚ ਫਸਲਾਂ ਹੋਰ ਨਹੀਂ ਐਡ ਨਹੀਂ ਕੀਤੀ ਗਈ ਲੱਗਦਾ ਹੈ ਕਿ ਇਸ ਨਾਲ ਵੀ ਜਿਵੇਂ ਭਾਵੇਂ ਮੱਕੀ ਆ ਭਾਵੇਂ ਕਪਾਹ ਉਹ ਜਿਹੜੇ ਉਗਾਉਣ ਵਾਲੇ ਕਿਸਾਨ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਨਿਰਾਸ਼ਾ ਮਿਲੇਗੀ ਨਕੋ ਸੀਤਾਰਨਮਨ ਜੀ ਨੇ ਤਾਂ ਬੋਲਿਆ ਕਿ ਅਸੀਂ ਅਸੀਂ ਜਿਹੜੀਆਂ 올 ਪ੍ਰੋਡਿਊਸ ਹੋ ਕਹਿੰਦੇ ਕਿ ਸਾਰੀਆਂ ਇਹਨਾਂ ਉਤੇ ਦਿੱਤਾ ਜਾਊਗਾ ਪਰ ਸਾਨੂੰ ਇਹਦੇ ਉੱਤੇ ਸਪੈਸੀਫਿਕ ਇੱਕ ਜਿਹੜੀ ਪਾਲਿਸੀ ਬਣਾ ਕੇ ਚਾਹੀਦਾ ਸੀ ਅੱਜ ਬੜੀ ਲੋੜ ਸੀ ਇਹਦੀ ਕਿ ਅਸੀਂ ਐਮਐਸਪੀ ਕਿਵੇਂ ਮਨ ਲ ਕੀ ਨੂੰ ਕਹਿੰਦੇ ਸੀਟੂ ਨੂੰ ਉੱਤੇ ਮੈਂਸ਼ਨ ਕਰਨਾ ਚਾਹੀਦਾ ਸੀ ਸਾਰੀਆਂ ਕ੍ਰੋਪਸ ਮੈਂਸ਼ਨ ਕਰਨੀਆਂ ਚਾਹੀਦੀਆਂ ਸੀਆਂ ਕਿਉਂਕਿ ਅੱਜ ਪੂਰੇ ਭਾਰਤ ਦੇ ਕਿਸਾਨਾਂ ਦੀ ਇਹ ਇੱਕ ਵੱਡੀ ਮੰਗ ਹੈ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ ਸਾਨੂੰ ਐਮਐਸਪੀ ਚਾਹੀਦੀ ਹੈ ਤਾਂ ਐਮਐਸਪੀਏ ਜਿਹੜੀ ਉਹਨੂੰ ਉਹ ਤੋਂ ਟਾਲਿਆ ਗਿਆ ਤੇ ਇਹ ਸਾਰੀਆਂ ਕ੍ਰੌਪ ਦੇ ਵਿੱਚ ਚਾਹੀਦਾ ਸੀ ਜਿਵੇਂ ਕਾਟਨ ਦੀ ਉਹਨਾਂ ਨੇ ਗੱਲ ਕੀਤੀ ਕਿ ਪਹਿਲਾਂ ਨਾਲੋਂ ਅਸੀਂ ਵੱਧ ਖਰੀਦਿਆ ਦਾਲਾਂ ਪਹਿਲਾਂ ਨਾਲੋਂ ਵੱਧ ਖਰੀਦਿਆ ਕਣਕ ਤੇ ਝੋਨਾ ਵੀ ਪਹਿਲਾਂ ਨਾਲੋਂ ਵੱਧ ਖਰੀਦਿਆ ਇਹ ਗੱਲ ਠੀਕ ਹੈ ਕਿਉਂਕਿ 2013 ਤੋਂ ਬਾਅਦ ਜੇ ਕਰਕੇ ਅਸੀਂ 19 20 ਦੇ ਵਿੱਚ ਅਸੀਂ ਗੱਲ ਕਰਾਂਗੇ ਤਾਂ ਪਹਿਲਾਂ ਨਾਲੋਂ ਪ੍ਰੋਡਕਸ਼ਨ ਵੀ ਵੱਧ ਜਾਂਦਾ ਜੇ ਤੁਸੀਂ ਪ੍ਰੋਡਕਸ਼ਨ ਵੱਧ ਜਾਂਦਾ ਤਾਂ ਰੇਟ ਵੀ ਵਧਿਆ ਉਹਦੇ ਕਰਕੇ ਸਾਡਾ ਪੈਸੇ ਵੱਧ ਜਾਂਦੇ ਨੇ ਇਹ ਇਹ ਠੀਕ ਹੈ ਕੁਝ ਏਰੀਆ ਦੇ ਵਿੱਚ ਪਲਸ ਜੀ ਦੀ ਜਿਹੜੀ ਪ੍ਰੋਕੂਰਮੈਂਟ ਹੋਈ ਹੈ ਪਰ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਹੋਈ ਇਹਨਾਂ ਖੇਤਾਂ ਦੇ ਵਿੱਚ ਡਾਇਵਰਸੀਫਿਕੇਸ਼ਨ ਦੀ ਲੋੜ ਸੀ ਇਹ ਨਹੀਂ ਕੀਤਾ ਗਿਆ ਸਾਨੂੰ ਆਸ ਸੀ ਕਿ ਇਸ ਬਜਟ ਦੇ ਵਿੱਚ ਕੁਝ ਨਾ ਕੁਝ ਕੀਤਾ ਜਾਊਗਾ ਤੇ ਜਿਵੇਂ ਇਸ ਤਰ੍ਹਾਂ ਜਿਹੜੀ ਆਮਦਨ ਵਧਾਈ ਜਾਊਗੀ ਆਮਦਨ ਵਧਾਉਣ ਬਾਰੇ ਸਾਡੇ ਕੋਲ 6000 ਰੁਪਏ ਇੱਕ ਸਾਲ ਦਾ ਸਾਡੇ ਕੋਲੇ ਜਿਹੜਾ ਮਿਲਦਾ ਸੀ ਉਹਨੂੰ ਵਧਾਉਣ ਦੀ ਗੱਲ ਅਸੀਂ ਸੋਚਦੇ ਸੀ ਕਿ ਬਿਲਕੁਲ ਸਰਕਾਰ ਕਿਉਂਕਿ ਬਹੁਤ ਨਿਗੂਣੀ ਜੀ ਇਨਕਮ ਹੈ ਸਾਲ ਦੇ ਵਿੱਚ 6000 ਦੇਣਾ ਇਹ ਘੱਟੋ ਘੱਟ ਡਬਲ ਹੋਣੀ ਚਾਹੀਦੀ ਸੀ ਤੇ ਇਹਦੇ ਬਾਰੇ ਵੀ ਜਿਹੜੀ ਜਿਹੜਾ ਚੁੱਪ ਰਿਹਾ ਹੈ ਬਜਟ ਤੇ ਰਲਾ ਮਲਾ ਕੇ ਸਾਨੂੰ ਇਹ ਲੱਗਦਾ ਕਿ ਕਿਸਾਨੀ ਦੇ ਇਹ ਕੋਈ ਪੱਖ ਚ ਨਹੀਂ ਇੱਕ ਨੋਰਮਲ ਬਜਟ ਹੈ ਜਿਹੜਾ ਜਿਹੜਾ ਕਾਰਪੋਰੇਟ ਪੱਖੀ ਹੈ ਜਿਹੜਾ ਕਿਸਾਨੀ ਪੱਖੀ ਨਹੀਂ ਇਸ ਤੋਂ ਇਸ ਦੇ ਨਾਲ ਹੀ ਜਿਹੜਾ ਖੇਤੂ ਮਜ਼ਦੂਰ ਹੈ ਤੇ ਪਿੰਡੂ ਮਜ਼ਦੂਰ ਹੈ ਉਹਦੇ ਵਾਸਤੇ ਵੀ ਕੁਝ ਨਾ ਕੁਝ ਕਰਨ ਦੀ ਲੋੜ ਸੀ ਉਹਦੇ ਵਾਸਤੇ ਕੁਝ ਨਹੀਂ ਕੀਤਾ ਗਿਆ ਨਰੇਗਾ ਜਨ ਨੂੰ ਹੋਰ ਇਫੈਕਟਿਵ ਬਣਾਉਣ ਦੀ ਗੱਲ ਸੀ ਕਿ 100 ਦਿਨਾਂ ਦਾ ਕੰਮ ਨਰੇਗਾ ਦੇ ਵਿੱਚ ਮਿਲਦਾ ਉਹ ਮਿਲਦਾ ਇੰਡੀਆ ਲੈਵਲ ਤੇ 49 ਦਿਨ ਹੀ ਮਿਲਦ ਨੇ ਤੇ ਉਹਨੂੰ ਵਧਾਉਣ ਦੀ ਲੋੜ ਸੀ ਘੱਟੋ ਘੱਟ 200 250 ਦਿਨ ਬਣਾਉਣਾ ਚਾਹੀਦਾ ਸੀ ਉਹਦੇ ਵਿੱਚ ਦਿਹਾੜੀ ਵੀ ਵਧਾਉਣੀ ਚਾਹੀਦੀ ਸੀ ਇਹਨਾਂ ਚੀਜ਼ਾਂ ਬਲਤ ਧਿਆਨ ਨਹੀਂ ਦਿੱਤਾ ਗਿਆ ਤਾਂ ਇਹ ਵਜਟਾ ਜਿਹੜਾ ਬਿਲਕੁਲ ਜਿਹੜਾ ਖੇਤੀ ਦੇ ਖੇਤੀ ਉਤੇਂਦਰਪੁਰ ਪਰ ਲੋਕਾਂ ਦੇ ਪਿੰਡੂ ਮਜ਼ਦੂਰਾਂ ਤੇ ਖੇਤ ਮਜ਼ਦੂਰਾਂ ਦੇ ਬਹੁਤਾ અનુકੂਲ ਨਹੀਂ ਇਹ ਕਾਰਪੋਰੇਟ ਪੱਖੀ ਹੈ ਇਹ ਲੋਕ ਪੱਖੀ ਨਹੀਂ ਉਹ ਸੋ ਇਹ ਸੰਸਦ ਦੇ ਨਾਲ ਡਾਕਟਰ ਸੁਖਪਾਲ ਸਿੰਘ ਜੀ ਦੋਨਾਂ ਨੇ ਦੱਸਿਆ ਕਿ ਜੋ ਬਜਟ ਅੱਜ ਪੇਸ਼ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਉਸ ਦੇ ਵਿੱਚ ਕੁਝ ਤਦਵੀਜ਼ਾਂ ਦਾ ਜੜੀਆਂ ਜ਼ਰੂਰ ਰੱਖੀਆਂ ਗਈਆਂ ਨੇ ਪਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਇਹ ਕੋਈ ਖੇਤੀ ਪੱਕੀ ਬੋਤਾ ਬਜਟ ਨਹੀਂ ਹੈਗਾ ਕਿਉਂਕਿ ਜਿਵੇਂ ਕਿਸਾਨ ਧਰਨੇ ਦੇ ਬੈਠੇ ਨੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਲੜਾਈ ਲੜ ਰਹੇ ਨੇ ਤਾਂ ਇੱਕ ਉਮੀਦ ਸੀ ਕਿਸਾਨਾਂ ਨੂੰ ਕਿ ਸ਼ਾਇਦ ਹੋ ਸਕਦਾ ਹੈ ਕਿ ਜਿਹੜੀ ਉਹਨਾਂ ਦੀ ਸਾਲਾਨਾ ਆਮਦਨ ਜਿਹੜੀ 6000 ਰੁਪਏ ਇੱਕ ਉਹਨਾਂ ਨੂੰ ਦਿੱਤਾ ਜਾਂਦਾ ਹੈ ਸ਼ਾਇਦ ਉਸ ਦੇ ਵਿੱਚ ਕੁਝ ਵਾਧਾ ਹੋ ਸਕਦਾ ਸੀ ਫਸਲਾਂ ਦੇ ਉੱਤੇ ਹੋਰ ਦਾਇਰਾ ਵਧਾਇਆ ਜਾ ਸਕਦਾ ਸੀ ਪਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਫਿਲ ਬੋਤਾ ਜਿਹੜਾ ਬਜਟ ਦੇ ਵਿੱਚ ਕਿਸਾਨੀ ਦੇ ਅਨੁਕੂਲ ਉਹ ਬਜਟ ਜਿਹੜਾ ਉਹਨਾਂ ਨੂੰ ਨਹੀਂ ਵਿਖਾਈ ਦਿੱਤਾ ਬਰਿੰਦਰ ਸਿੰਘ ਥੰਦੀ ਟੀਵੀ ਭਾਰਤ ਲੁਧਿਆਣਾ